ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਦੀਪ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਉਸ ਦੀ ਅੱਜ ਜ਼ਮਾਨਤ ਲੋਅਰ ਕੋਰਟ ਨੇ ਐਕਸੈਪਟ ਕਰ ਲਈ ਹੈ ਮਾਣਯੋਗ ਅਦਾਲਤ ਨੇ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਪ੍ਰਾਧਾਨ ਸਰਦਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਲੰਬੀ ਮੁਸ਼ਕਲ ਤੋਂ ਬਾਅਦ ਜਮਾਨਤ ਹੋਈ ਆ ਦਿੱਲੀ ਪੁਲਿਸ ਨੇ ਪੂਰਾ ਜ਼ੋਰ ਲਗਾਇਆ ਤਰਲੋ ਮੱਛੀ ਹੋ ਰਹੀ ਸੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸਭ ਬੈਠੇ ਹੋਏ ਸੀਗੇ ਕੋਰਟ ਦੇ ਅੰਦਰ ਵੀ ਸੀ ਦੇ ਦੌਰਾਨ ਕਿ ਕਿਸੇ ਤਰੀਕੇ ਜਮਾਨਤ ਰੱਦ ਹੋਵੇ ਪਰ ਮੈਂ ਉਸ ਅਕਾਲ ਪੁਰਖ ਦਾ ਤੁਹਾਨੂੰ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਰਟ ਸ਼ੁਕਰਾਨਾ ਕਰਦਾ ਹਾਂ ਜੋ ਇਹ ਅੱਜ ਦੀਪ ਸਿੱਧੂ ਜਮਾਨਤ ਹੋਈ ਸ਼ਾਮ ਨੂੰ ਦੀਪ ਸਿੱਧੂ ਅੱਜ ਜੇਲ੍ਹ ਤੋਂ ਰਿਹਾ ਹੋਏਗਾ ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਦੀਪ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਉਸ ਦੀ ਅੱਜ ਜ਼ਮਾਨਤ ਲੋਅਰ ਕੋਰਟ ਨੇ ਐਕਸੈਪਟ ਕਰ ਲਈ ਹੈ ਮਾਨਯੋਗ ਅਦਾਲਤ ਨੇ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਪ੍ਰਾਧਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਲੰਬੀ ਮੁਸ਼ਕਲ ਤੋਂ ਬਾਅਦ ਜਮਾਨਤ ਹੋਈ ਆ ਦਿੱਲੀ ਪੁਲਿਸ ਨੇ ਪੂਰਾ ਜ਼ੋਰ ਲਗਾਇਆ ਤਰਲੋ ਮੱਛੀ ਹੋ ਰਹੀ ਸੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸਭ ਬੈਠੇ ਹੋਏ ਸੀਗੇ ਕੋਰਟ ਦੇ ਅੰਦਰ ਵੀ ਸੀ ਦੇ ਦੌਰਾਨ ਕਿ ਕਿਸੇ ਤਰੀਕੇ ਜਮਾਨਤ ਰੱਦ ਹੋਵੇ ਪਰ ਮੈਂ ਉਸ ਅਕਾਲ ਪੁਰਖ ਦਾ ਤੁਹਾਨੂੰ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਜੋ ਇਹ ਅੱਜ ਦੀਪ ਸਿੱਧੂ ਜਮਾਨਤ ਹੋਈ ਸ਼ਾਮ ਨੂੰ ਦੀਪ ਸਿੱਧੂ ਅੱਜ ਜੇਲ੍ਹ ਤੋਂ ਰਿਹਾ ਹੋਏਗਾ ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਦੀਪ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਉਸ ਦੀ ਅੱਜ ਜ਼ਮਾਨਤ ਲੋਅਰ ਕੋਰਟ ਨੇ ਐਕਸੈਪਟ ਕਰ ਲਈ ਹੈ ਮਾਨਯੋਗ ਅਦਾਲਤ ਨੇ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਪ੍ਰਾਧਾਨ ਸਰਦਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਲੰਬੀ ਮੁਸ਼ਕਲ ਤੋਂ ਬਾਅਦ ਜਮਾਨਤ ਹੋਈ ਆ ਦਿੱਲੀ ਪੁਲਿਸ ਨੇ ਪੂਰਾ ਜ਼ੋਰ ਲਗਾਇਆ ਤਰਲੋ ਮੱਛੀ ਹੋ ਰਹੀ ਸੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸਭ ਬੈਠੇ ਹੋਏ ਸੀਗੇ ਕੋਰਟ ਦੇ ਅੰਦਰ ਵੀ ਸੀ ਦੇ ਦੌਰਾਨ ਕਿ ਕਿਸੇ ਤਰੀਕੇ ਜਮਾਨਤ ਰੱਦ ਹੋਵੇ ਪਰ ਮੈਂ ਉਸ ਅਕਾਲ ਪੁਰਖ ਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਜੋ ਇਹ ਅੱਜ ਦੀਪ ਸਿੱਧੂ ਜਮਾਨਤ ਹੋਈ ਸ਼ਾਮ ਨੂੰ ਦੀਪ ਸਿੱਧੂ ਅੱਜ ਜੇਲ੍ਹ ਤੋਂ ਰਿਹਾ ਹੋਏਗਾ